ਸੰਵਿਧਾਨ ਅਸੀਂ ਅਜੇ ਵੀ ਉਹਦੇ ਤੇ ਕਾਇਮ ਹਾਂ। ਪਾਰਟੀ ਅਲਾਇੰਸ ਕਰ ਰਹੀ ਹੈ, ਉਹਨਾਂ ਨੇ ਆਪਣੇ ਜਿਹੜੀਆਂ ਪੰਜ ਸੀਟਾਂ ਨੇ ਕਿੰਨਾ ਦੇਣੀਆਂ ਇਹ ਉਹਨਾਂ ਦਾ ਡਿਸੀਜਨ ਹੈ, ਭਾਵੇਂ ਪੰਜ ਅਲੱਗ ਅਲੱਗ ਲੋਕਾਂ ਦੇ, ਭਾਵੇਂ ਜੋ ਆਪਣੇ ਪਰਿਵਾਰ ਚ ਦੇ, ਉਹਨਾਂ ਨੂੰ ਵਿਜ਼ੀਬਿਲਿਟੀ ਪਤਾ, ਉਹਨਾਂ ਨੂੰ ਕਾਬਲੀਅਤ ਪਤਾ, ਉਹਨਾਂ ਨੂੰ ਆਪਣੇ ਝਾੜੂਆਂ ਬਾਰੇ ਪਤਾ, ਜਿਹਨੂੰ ਮਰਜ਼ੀ ਚੱਕੋ ਉਹਨਾਂ ਦਾ। ਸਾਡੇ ਸੰਵਿਧਾਨ ਮੁਤਾਬਕ ਅਸੀਂ ਅਜੇ ਵੀ ਇੱਕ ਪਰਿਵਾਰ ਚ ਪੂਰੇ ਕਰਦੇ ਸਾਡੀ ਸਰ ਗੱਲਬਾਤ ਨਹੀਂ, ਅਸੀਂ ਹਰ ਚੰਗੇ ਬੰਦੇ ਨਾਲ ਗੱਲ ਹਮੇਸ਼ਾ ਕਰਦੇ ਰਹਿੰਦੇ ਹਾਂ, ਇਹਨਾਂ ਨਾਲ ਗੱਲ ਚੱਲਦੀ ਸੀ, ਅੱਜ ਸਿਰੇ ਚੜੀ ਹੈ ਗੱਲ, ਸਿਰਫ ਏਜੰਡਾ ਤੇ ਆ ਕੇ ਮਿਲਦੀ ਹੈ। ਏਜੰਡਾ ਸਾਡੀ ਪਾਰਟੀ ਦਾ ਜੋ ਹੈਗਾ, ਜਦੋਂ ਸਾਡਾ ਏਜੰਡਾ ਤੁਹਾਡੇ ਏਜੰਡੇ ਨਾਲ ਮੇਲ ਖਾਂਦਾ ਤੇ ਅਸੀਂ ਸਪੈਸ਼ਲ ਗੱਲਬਾਤ ਦਿੰਦਾ ਨਹੀਂ ਕਿ ਅਸੀਂ ਸਪੈਸ਼ਲ ਗੱਲ ਕਰਨ ਜਾਂਦੇ ਹਾਂ, ਗੱਲ ਕਰਨ ਆਉਂਦੇ ਨੇ, ਗੱਲਾਂ ਚੱਲਦੀਆਂ ਨੇ ਸੋਸਾਇਟੀ ਦੇ ਲੋਕ ਜਾਣਦੇ ਨੇ, ਤੁਹਾਡੇ ਦੀ ਗੱਲਬਾਤ ਕਰਦੇ ਸਰ। ਹਰ ਪੰਜਾਬ ਦਾ ਹਿਤੈਸ਼ੀ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਚਾਹੁੰਦਾ ਉਹਦਾ ਸਵਾਗਤ ਹੈ, ਕੋਈ ਚੰਗਾ ਵੱਡਾ ਜਿਹੜਾ ਅਗਰ ਪੰਜਾਬ ਦੀ ਬਿਹਤਰੀ ਲਈ ਸਾਡੇ ਨਾਲ ਆ ਕੇ ਕੰਮ ਕਰਨਾ ਚਾਹੇਗਾ ਉਹਦਾ ਸਵਾਗਤ ਹੈ। ਆਮ ਆਦਮੀ ਪਾਰਟੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਫਿਰ ਨਿਆਂ ਦੇ ਦੇਖਣ ਨੂੰ ਮਿਲ ਸਕਦੀ ਹੈ। ਪੰਜਾਬ ਕੀ ਰਾਜਨੀਤੀ ਮੇਂ ਜ਼ਰੂਰ ਏਕ ਬੜਾ ਬਲਾਸਟ ਕਰਨਾ ਕਾਮ ਕੀਆ ਹੈ, ਬਹਿਸ ਬਦਲ ਜੋ ਹੈ ਵੋ ਆਮ ਆਦਮੀ ਪਾਰਟੀ ਮੇਂ ਸ਼ਾਮਿਲ ਹੋ ਗਏ। ਸਰ ਬਹਿਸ ਬਦਲ ਆਮ ਆਦਮੀ ਪਾਰਟੀ ਮੇਂ ਸ਼ਾਮਿਲ ਹੋ ਗਏ, ਪੰਜਾਬ ਮੇਂ ਕਿਤਨੀ ਤਾਕਤ ਹੈ? ਸਭ ਸੇ ਪਹਿਲੀ ਬਾਤ ਇਹ ਹੈ ਕਿ ਬਹਿਸ ਬਦਲ ਆਮ ਆਦਮੀ ਪਾਰਟੀ ਮੇਂ ਸ਼ਾਮਿਲ ਹੈ, ਜਨਤਾ ਪਾਰਟੀ ਜੋ ਇਨਸਾ ਪਾਰਟੀ ਉਹਨਾਂ ਨੇ ਹਮਾਰਾ ਇੱਕ ਸਾਥ ਇਸਮੇ ਦਿਆ ਹੈ ਔਰ ਹਮ ਲੋਕ ਮਿਲ ਕੇ ਗਠਜੋੜ ਮੇਂ ਕਾਮ ਕਰੇਂਗੇ ਔਰ ਆਜ ਇੱਕ ਨਵੀਂ ਸ਼ਮੂਲੀਅਤ ਹਮਾਰੇ ਸਾਥ ਇੱਕ ਅਲਾਇੰਸ ਪਾਰਟੀ ਕੀ ਹੈਸੀਅਤ ਸੇ ਹੋਈ ਹੈ, ਹਮ ਉਨਕਾ ਬਹੁਤ ਬਹੁਤ ਸਵਾਗਤ ਕਰਤੇ ਹੈਂ। ਡੈਫੀਨੇਟਲੀ ਫੋਰ ਸ਼ੋਰ ਉਨਕੇ ਆਨੇ ਸੇ ਹਮਾਰੀ ਤਾਕਤ ਬੜੀ ਹੈ। ਕਿਆ ਕੁਛ ਕੰਡੀਸ਼ਨਸ ਰੱਖੀ ਗਈ ਹੈ ਕਿ ਕਿਸ ਤਰ੍ਹਾਂ ਦੇ ਬੈਂਡਸ ਨੂੰ ਬਦਲਣਾ ਹੈ, ਉਹਨਾਂ ਨੂੰ ਬਣਾਉਣਾ ਹੈ, ਉਹਨਾਂ ਪਾਰਟੀ ਲੜੇਗੀ ਕਿਤੇ ਵੀ ਆਮ ਆਦਮੀ ਪਾਰਟੀ? ਕੰਡੀਸ਼ਨਸ ਕੁਛ ਨਹੀਂ ਰੱਖੀ ਜਾਤੀ ਸਰ ਹਮਾਰੀ ਪਾਰਟੀ ਮੇਂ, ਨਾ ਜੋ ਕੰਡੀਸ਼ਨਸ ਹਮ ਰੱਖਤੇ ਹੈਂ ਨਾ ਹਮ ਕੰਡੀਸ਼ਨਸ ਕੋ ਮਾਨਤੇ ਹੈਂ, ਇਹ ਹਮਾਰੀ ਪਾਰਟੀ ਕਾ ਉਸੂਲ ਹੈ। ਲੇਕਿਨ ਬੈਠ ਕੇ ਹਮ ਲੋਕ ਚਰਚਾ ਕਰਤੇ ਹੈਂ, ਚਰਚਾ ਮੇਂ ਇਹ ਬਾਤ ਸਾਹਮਣੇ ਆਈ ਕਿ ਹਮਾਰੇ ਲੀਏ ਫਾਈਟ ਕਰਤੇ ਹੋਏ ਵੋ ਪਾਂਚ ਸੀਟੋਂ ਮੇਂ ਬਹੁਤ ਬਿਹਤਰ ਕਾਮ ਕਰ ਸਕਤੇ ਹੈਂ, ਉਨਕੇ ਲੀਏ ਕਾਮ ਕਰਤੇ ਹੋਏ ਹਮਾਰੀ ਪਾਰਟੀ 112 ਸੀਟੋਂ ਮੇਂ ਅੱਛਾ ਕਾਮ ਕਰ ਸਕਤੀ ਹੈ, ਤੋ ਪਾਂਚ ਸੀਟੋਂ ਕੀ ਜ਼ਿੰਮੇਦਾਰੀ ਉਨਕੋ ਦੇਂਗੇ, 112 ਸੀਟੋਂ ਕੀ ਜ਼ਿੰਮੇਦਾਰੀ ਆਮ ਆਦਮੀ ਪਾਰਟੀ ਕੇ ਪਾਸ। ਨਵਜੋਤ ਸਿੰਘ ਸਿੱਧੂ ਪ੍ਰਕਟ ਸਿੰਘ ਦੀ ਉਪਰ ਅਭੀ ਤੱਕ ਅਸਮੰਜਸ ਨਹੀਂ ਹੋਇਆ ਹੈ, ਬਣਾ ਹੋਇਆ ਹੈ, ਕਿਆ ਉਹ ਆਉਣੇ ਵਾਲੇ ਦਿਨੋਂ ਮੈਂ ਆਮ ਆਦਮੀ ਪਾਰਟੀ ਮੇਂ ਦੇਖ ਸਕਦੇ? ਦੇਖੀ ਸਰ, ਅਸਮੰਜਸ ਤੋਂ ਬੈਂਸ ਬ੍ਰਦਰਸ ਕੋ ਵੀ ਬਣਾ ਹੋਇਆ ਥਾ, ਲੇਕਿਨ ਜਬ ਚੀਜ਼ੇ ਸਭ ਤਰ੍ਹਾਂ ਸੇ ਇਕੁਏਸ਼ਨ ਮੇਂ ਆ ਜਾਤੀ ਹੈਂ, ਇੱਕ ਦੂਸਰੇ ਕੇ ਏਜੰਡਾ ਸਮਝ ਆ ਜਾਤੇ ਹੈਂ, ਮੇਰੇ ਖਾਤੇ ਤੋ ਅਸਮੰਜਸ ਦੂਰ ਹੋ ਜਾਤੇ ਹੈਂ, ਭਗਵਾਨ ਕਰੇ ਵੋ ਅਸਮੰਜਸ ਵੀ ਦੂਰ ਹੋ ਜਾਏ। ਐਸਾ ਤੋ ਨਹੀਂ ਕਿ ਜੋ ਪਾਂਚ ਸੀਟੇ ਮਿਲੀ ਹੈ ਉਨਮੇਂ ਸੇ ਦੋ ਸੀਟ ਨਵਜੋਤ ਸਿੱਧੂ ਔਰ ਪ੍ਰਕਟ ਸਿੰਘ ਕੀ ਹੋਗੀ? देखिए, हमारी तरफ से ऐसा कुछ नहीं है, ना बैंस ब्रदर्स की तरफ से अभी ऐसा कुछ है, लेकिन वो चाहे तो शब्द दे सकते हैं, वो अभी उनकी डिस्क्रिप्शन में। आज एक पूर्व मुख्यमंत्री ने आरोप लगाए हैं कि जब वो आम आदमी पार्टी के लोगों के विचार चल रहे थे, लेकिन जब पार्टी के अंदर जाकर उसकी कार्य देखी जाती है तो कहीं ना कहीं देखिए सर, आरोप लगाना दुनिया का सबसे आसान काम है। जब वो हमारी पार्टी में आए थे तो उन्होंने दूसरी पार्टियों पर भी आरोप लगाए थे, और कल को अगर मैं ये पार्टी छोड़ के किसी और पार्टी में जाता हूँ तो मैं भी आरोप लगाऊंगा इस पार्टी पर, जिसके लिए अभी मैं बोल रहा हूँ। तो ये नॉर्मल प्रैक्टिस है पॉलिटिक्स में, तो आरोप लगता
व्यवहार में जो आरोप लगते हैं सर वो मुझे लगता है प्रैक्टिस है। तो जो सच्चाई है वो लोगों को पता होती है, बोलने के लिए मर्जी बोले, जो सच्चाई लोगों को पता है फिर वो आरोप ठीक हो गया। आपको पता ही है कि आपको पता है ये पार्टी ने क्या किया है पंजाब में। तो जो पर्सनली एक चीज को मैं बात कर रहा हूँ, जो छोड़ने के बाद पार्टी छोड़ने की भी जो ये बात उसी पार्टी में आरोप लगाते हैं जिसके लिए काम कर रहे हैं। एक मिशन पे काम करने वाले लोग जब एक जगह पे इकट्ठा होकर काम करते हैं तो डेफिनेटली बिल्कुल तो कहीं ना कहीं आम आदमी पार्टी आज मजबूत दिख रही है शहर से अलग ही।